ਜਿੱਥੇ ਸਫ਼ਰ ਦੀ ਸਹੂਲਤ ਲਈ ਗੜ੍ਹ ਸ਼ੰਕਰ ਦੇ ਬਲਾਕ ਮਾਲਪੁਰ ਦੇ ਵਿੱਚ ਬਣਾਇਆ ਹੋਇਆ ਮੁੱਖ ਬੱਸ ਸਟੈਂਡ, ਜਿਹੜਾ ਕਿ ਸੰਨ 1974 ਦੇ ਵਿੱਚ ਇਸਦਾ ਨਿਰਮਾਣ ਕੀਤਾ ਗਿਆ ਸੀ ਤਾਂ ਕਿ ਲੋਕਾਂ ਨੂੰ ਸਫ਼ਰ ਦੀ ਸਹੂਲਤ ਮਿਲ ਸਕੇ। ਪਰ ਅੱਜ ਹਾਲਾਤ ਤੁਹਾਨੂੰ ਮਾਲਪੁਰ ਬੱਸ ਸਟੈਂਡ ਦੇ ਦਿਖਾ ਦਿੰਦੇ ਨੇ ਕਿ ਇਹ ਬੱਸ ਸਟੈਂਡ ਅੱਜ ਖੰਡਰ ਬਣ ਚੁੱਕਿਆ ਹੈ। ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਬੱਸ ਸਟੈਂਡ ਦੇ ਵਿੱਚ ਦਰਖਤ ਜੰਮੇ ਹੋਏ ਨੇ, ਪਿੱਪਲਾਂ ਦੇ ਦਰਖਤ ਜਿਹੜੇ ਕਿ ਜਿਨ੍ਹਾਂ ਦੀਆਂ ਜੜ੍ਹਾਂ ਥੱਲੇ ਜ਼ਮੀਨੀ ਪੱਧਰ ਤੱਕ ਪਹੁੰਚ ਚੁੱਕੀਆਂ ਨੇ। ਤਾਂ ਉਹਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਬੱਸ ਸਟੈਂਡ ਜਿਹੜਾ ਕਿ ਅੱਜ ਖੰਡਰ ਦਾ ਰੂਪ ਧਾਰ ਚੁੱਕਿਆ ਹੈ, ਉੱਥੇ ਇੱਥੇ ਆਉਣ ਵਾਲੇ ਲੋਕਾਂ ਨੂੰ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ। ਤੁਸੀਂ ਹਾਲਾਤ ਦੇਖ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਬੱਸ ਸਟੈਂਡ ਦੇ ਪਿਛਲੇ ਪਾਸੇ ਟੋਇਲਟ ਵੀ ਬਣੇ ਹੋਏ ਨੇ, ਜਿਨ੍ਹਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਉੱਥੇ ਨਗਰ ਪੰਚਾਇਤ ਮਾਲਪੁਰ ਵੱਲੋਂ ਜ਼ਰੂਰ ਟੈਕਸ ਵਸੂਲਿਆ ਜਾਂਦਾ ਹੈ, ਪਰ ਇਸ ਬੱਸ ਸਟੈਂਡ ਦੀ ਹਾਲਤ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਆ ਰਹੀ ਹੈ। ਉੱਥੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਨ ਕਿ ਜਿਹੜਾ ਪਿੱਪਲ ਦਾ ਦਰਖਤ ਹੈ ਉਹਦੀਆਂ ਜੜ੍ਹਾਂ ਥੱਲੇ ਤੱਕ ਆ ਚੁੱਕੀਆਂ ਅਤੇ ਅੱਜ ਇਹਦੇ ਹਾਲਾਤ ਖੰਡਰ ਬਣ ਚੁੱਕੇ ਨੇ। ਉੱਥੇ ਹੀ ਲੋਕਾਂ ਨੂੰ ਇਸ ਬੱਸ ਸਟੈਂਡ ਦੇ ਖਸਤਾ ਹਾਲ ਹੋਣ ਕਰਕੇ ਦਿੱਕਤ ਵੀ ਆ ਰਹੀ ਹੈ। ਉੱਥੇ ਹੀ ਇੱਥੇ ਲੋਕ ਵੀ ਮੌਜੂਦ, ਉਹਨਾਂ ਨੂੰ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਇਹਦੇ ਬਾਰੇ ਵਿੱਚ। ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਬੱਸ ਸਟੈਂਡ ਜਿਹੜਾ ਹੈ ਕਾਫੀ ਪੁਰਾਣਾ, 1974 ਦੇ ਵਿੱਚ ਬਣਾਇਆ ਗਿਆ ਸੀਗਾ, ਪਰ ਅੱਜ ਹਾਲਾਤ ਜਿਹੜੇ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਬਣੇ ਹੈ। ਅਤੇ ਸਾਡੇ ਨਾਲ ਭਾਈ ਸਾਹਿਬ ਇੱਥੇ ਸਾਡੇ ਨਾਲ ਮੌਜੂਦ, ਉਹਨਾਂ ਨੂੰ ਪੁੱਛ ਲੈਂਦੇ ਨੇ, ਸਰ ਕੀ ਕਹੋਗੇ ਜਿਹੜਾ ਬੱਸ ਸਟੈਂਡ ਹਾਲਾਤ ਤੁਸੀਂ ਦੇਖ ਸਕਦੇ ਹੋ, ਬਹੁਤ ਖੰਡਰ ਬਣੇ ਹੋਏ, ਬਾਥਰੂਮਾਂ ਦਾ ਬੜਾ ਮਾੜਾ ਹਾਲ ਹੈ, ਕੀ ਕਹੋਗੇ? ਇਹ ਬੱਸ ਸਟੈਂਡ ਬਹੁਤ ਖੰਡਰ ਬਣਿਆ ਹੋਇਆ ਜੀ, ਕਦੇ ਵੀ ਕੋਈ ਵੀ ਘਟਨਾ ਵਾਪਰ ਸਕਦੀ ਹੈ। ਇਹਦੀ ਅੱਜ ਤੱਕ 1974 ਤੋਂ ਬਾਅਦ ਕੋਈ ਵੀ ਕਿਸੇ ਨੇ ਇਹਦੇ ਵੱਲ ਦੇਖਿਆ ਨਹੀਂ ਹੈਗਾ। ਹਾਂਜੀ, ਕਮਰੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ, ਪਿੱਪਲ ਉੱਗੇ ਹੋਏ ਆ, ਸਾਰੇ ਕਮਰੇ ਦੀਆਂ ਛੱਤਾਂ ਡਿੱਗੀਆਂ ਹੋਈਆਂ ਆ, ਅਤੇ ਬਹੁਤ ਜ਼ਿਆਦਾ ਮੰਦਾ ਹਾਲ ਹੈ ਜੀ। ਟੋਇਲਟ ਜਿਹੜੇ ਹੈਗੇ ਆ ਉਹਨਾਂ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ। ਟੋਇਲਟ ਪੁਰਾਣੇ, ਉਹ ਤਾਂ ਜੀ ਬੰਦ ਪਏ ਆ, ਉੱਧਰ ਘਾਹ ਜੰਮਿਆ, ਬਿਲਕੁਲ ਬੰਦ ਹੈ, ਕੋਈ ਕਿਸੇ ਵਾਸਤੇ ਨਹੀਂ ਬਣਿਆ ਹੋਇਆ, ਅਤੇ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਜੀ। ਸਰਕਾਰ ਨੂੰ ਚਾਹੀਦਾ ਕਿ ਇਹਦੇ ਬੱਸ ਸਟੈਂਡ ਵੱਲ ਧਿਆਨ ਦਿੱਤਾ ਜਾਵੇ। ਬਿਲਕੁਲ, ਹਾਂਜੀ, ਹੋਰ ਬਾਕੀ ਸਰਕਾਰ ਨੂੰ ਚਾਹੀਦਾ ਜੀ ਜਿਹੜਾ ਮਾਲਪੁਰ ਦਾ ਬੱਸ ਸਟੈਂਡ ਆ ਇਹ 'ਤੇ ਧਿਆਨ ਦਿੱਤਾ ਜਾਵੇ, ਇਹਦੀ ਰਿਪੇਅਰ ਕੀਤੀ ਜਾਵੇ। ਰਿਪੇਅਰ ਕਰਕੇ ਵੀ ਕੰਮ ਨਹੀਂ ਚੱਲਣਾ, ਅਤੇ ਇਹਨੂੰ ਬਿਲਕੁਲ ਨਵਾਂ ਬਣਾਇਆ ਜਾਵੇ, ਕਿਉਂ ਸਾਰਾ ਟੁੱਟਾ ਹੋਇਆ ਹੈ। ਠੀਕ, ਇਸ ਤਰ੍ਹਾਂ ਅਸੀਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਅਤੇ ਇੱਥੇ ਭਾਈ ਸਾਹਿਬ ਸਾਡੇ ਮੌਜੂਦ ਹੈ। ਸਰ, ਤੁਸੀਂ ਵੀ ਰੋਜ਼ ਇੱਥੇ ਆਉਂਦੇ ਨੇ, ਹਾਲਾਤ ਸੱਚੀ ਬਹੁਤ ਨਾਜ਼ੁਕ ਬਣੇ ਆ, ਤੁਸੀਂ ਕੀ ਕਹੋਗੇ ਸਰ ਇਹਦੇ ਬਾਰੇ? ਜੀ, ਹਾਲਾਤ ਹੈ ਬਾਕੀ ਬਹੁਤ ਦੂਜੇ ਆ, ਖਾਸਤਾ ਆ, ਕੋਈ ਵੀ ਵਾਪਰ ਸਕਦੀ ਘਟਨਾ ਜਾਂ ਕਿੱਦਾਂ ਵੀ, ਅਤੇ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ। ਹਾਂ, ਬਹੁਤ ਜ਼ਿਆਦਾ ਆ ਜੀ, ਕੋਈ ਵੀ ਉੱਥੇ ਘਟਨਾ ਵਾਪਰ ਸਕਦੀ ਆ, ਬਾਥਰੂਮਾਂ ਦੀ ਵੀ ਖਾਸਤਾ ਹਾਲਤ ਆ, ਕੋਈ ਡਿੱਗ ਸਕਦੇ ਜਾਂ ਕਿਸ ਤਰ੍ਹਾਂ ਵੀ, ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਜਿਹੜਾ ਬੱਸ ਸਟੈਂਡ ਦੇ ਬੈਕ ਸਾਈਡ ਬਾਥਰੂਮ ਬਣੇ ਹੋਏ ਨੇ, ਉਹਨਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਜਿੱਥੇ ਸਵੱਛ ਭਾਰਤ ਦਾ ਨਾਰਾ ਦੇਣ ਵਾਲੀ ਸਰਕਾਰ ਜਿਹੜਾ ਕਿ ਲੋਕਾਂ ਨੂੰ ਸਹੂਲਤਾਂ ਉਪਲਬਧ ਕਰਾਉਣ ਦੀ ਗੱਲ ਕਰ ਰਹੀ ਹੈ, ਉੱਥੇ ਬਿਮਾਰੀਆਂ ਤੋਂ ਬਚਣ ਦੀ ਗੱਲ ਕਰ ਰਹੀ ਹੈ, ਪਰ ਜਿਹੜੇ ਬਾਥਰੂਮਾਂ ਦੇ ਹਾਲਤ ਖਸਤਾ ਹੋਣ ਕਰਕੇ ਜਿੱਥੇ ਲੋਕ ਬਾਥਰੂਮ ਦਾ ਵਿੱਚ ਜਾਣਾ ਪਸੰਦ ਨਹੀਂ ਕਰਦੇ ਕਿਉਂਕਿ ਹਾਲਾਤ ਖਤਰਨਾਕ ਹੋਣ ਕਰਕੇ ਜਿੱਥੇ ਬਿਮਾਰੀਆਂ ਲੱਗਣ ਦਾ ਡਰ ਬਣਿਆ, ਉੱਥੇ ਹੀ ਇਸ ਦੀ ਅੱਜ ਤੱਕ ਸਾਰ ਨਹੀਂ ਲੈ ਗਈ। ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਬੱਸ ਸਟੈਂਡ ਦੇ ਵਿੱਚ ਤੁਸੀਂ ਦੇਖ ਲਓ ਕਿ ਖੰਡਰ ਦਾ ਰੂਪ ਧਾਰੇ ਹੋਇਆ ਹੈ, ਕਬਾੜ ਦੀ ਗੱਡੀਆਂ ਪਈਆਂ ਨੇ, ਕਬਾੜ ਜਿਹੜੀਆਂ ਬਣ ਚੁੱਕੀਆਂ ਨੇ ਅਤੇ ਘਾਹ ਜੰਮਿਆ ਹੋਇਆ ਹੈ। ਉੱਥੇ ਜ਼ਰੂਰਤ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਬੱਸ ਸਟੈਂਡ ਵੱਲ ਧਿਆਨ ਦੇਣ ਦੀ, ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆ ਸਕੇ ਔਰ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਾ ਆ ਸਕੇ। ਮਾਲਪੁਰ ਤੋਂ ਸੰਜੀਵ ਕੁਮਾਰ, ਨਿਊਜ਼ 18, ਪੰਜਾਬ।